ਸਾਰਾ ਖੇਤ ਮੀਂਹ ਹੋ ਰਿਹਾ ਹੈ, ਆ ਸਾਰਾ ਖੇਤ ਮੀਂਹ ਨਹੀਂ ਹੋ ਰਿਹਾ, ਆ ਦਵਾਈ ਦਵਾਈ ਖਰਾਬ ਕਰਵਾ ਦੀ ਸਪਰੇ ਹੈ। ਇਹ ਦੇਖ ਲਿਓ ਬਈ ਨਰਮਾ, ਮੈਂ ਦਿਆਲ ਸਿੰਘ ਡਾਣੀ ਪ੍ਰੇਮ ਨਗਰ ਸੇ, ਮੇਰੇ ਖੇਤ ਮੈਂ ਨਰਮਾ ਖਰਾਬ ਹੋ ਗਈ ਹੈ, ਜਾਂ ਦਵਾਈ ਖਰਾਬ ਕਰਵਾ ਦੀ। ਇੱਕ ਸੰਦੀਪ ਕੁੰਡੂ ਹੈ ਕਿਨਾਲਿਆ ਕਾ, ਡਾਕਟਰ ਧਨੁਕਾ ਕੰਪਨੀ ਮੈਂ, ਉਸਨੇ ਦਵਾਈ ਬਤਾਈ, ਉਸਕੀ ਸਲਾਹ ਸੇ ਮੈਂ ਬਰਵਾਲਾ ਬੀਜ ਭੰਡਾਰ ਸੇ ਦਵਾਈ ਲਿਆ, 7 ਦਿਨ ਪਹਿਲੇ ਸਪਰੇ ਕਰੀ, ਉਸ ਵਕਤ ਮੇਰੇ ਖੇਤ ਮੈਂ ਕੋਈ ਵਾਈਟ ਫਲਾਈ ਔਰ ਸਫੇਦ ਮੱਛਰ ਕੀ ਸ਼ਿਕਾਇਤ ਥੀ, ਉਸਕੀ ਦਵਾਈ ਕਰਵਾਈ ਤੋ ਯੇ ਮੇਰੇ ਖੇਤ ਕੀ ਇਹ ਹਾਲਤ ਹੋ ਗਈ, ਪੂਰੇ ਕਾ ਪੂਰਾ ਖੇਤ ਖਰਾਬ ਹੋ ਗਿਆ ਮੇਰਾ, 18 ਕਿੱਲਿਆਂ ਮੈਂ ਨਰਮਾ ਹੈ ਮੇਰਾ। ਦੇਖ ਕੇ ਲੈਣਾ ਬਈ ਦਵਾਈ, ਕਿਸੇ ਡਾਕਟਰ ਕਾ ਔਰ ਕਾ ਹਿਸਾਬ ਸੇ ਨਾ ਕਰੀਓ, ਮੇਰੇ ਤੋਂ ਨੁਕਸਾਨ ਹੋ ਗਿਆ, 18 ਕਿੱਲਿਆਂ ਮੈਂ ਪੂਰੇ ਪੂਰੇ ਖੇਤ ਮੈਂ ਇਹ ਦਵਾਈ ਕਰਾਈ ਔਰ ਇਹ ਹਾਲਤ ਹੋ ਗਈ, ਪੱਤੇ ਸੁੱਕ ਸੁੱਕ ਕੇ ਨੀਚੇ ਗਿੜਨ ਲੱਗ ਗਏ, ਉੱਪਰ ਕੋਈ ਖਾਸ ਕਰ ਫੁਟਾਵ ਵਗੈਰਾ ਨਹੀਂ ਹੈ। ਦਵਾਈ ਕਾ ਵੀ ਮੈਂ ਜੋ ਦਵਾਈ ਡਲਵਾਈ ਹੈ, ਇੱਕ ਤੋਂ ਲੈਨੋ ਵਾਲਾ ਸਾਈਟ ਸਾਲਟ ਹੈ, ਇੱਕ ਬਾਈਫੈਂਥਰੀਨ ਹੈ, ਲੈਨੋ 1/2 ਲੀਟਰ ਪਰ ਕਿੱਲੇ ਕੇ ਹਿਸਾਬ ਸੇ, ਬਾਈਫੈਂਥਰੀਨ 300 ml ਪਰ ਕਿੱਲੇ ਕੇ ਹਿਸਾਬ ਸੇ, ਕਾਰਬਨ ਡਾਜੀ ਮੈਨਕੋ ਜੈ ਡਲਵਾਇਆ 300 ਗ੍ਰਾਮ ਪਰ ਕਿੱਲੇ ਕੇ ਹਿਸਾਬ ਸੇ। ਮੈਨੇ ਦੁਕਾਨਦਾਰ ਔਰ ਇਸ ਡਾਕਟਰ ਕੀ ਰਾਏ ਸੇ ਸਪਰੇ ਕੀਆ ਔਰ ਮੇਰੇ ਖੇਤ ਮੈਂ ਇਹ ਹਾਲਤ ਹੋ ਗਈ, ਬਿਲਕੁਲ ਨਸ਼ਟ ਹੋ ਗਿਆ ਮੇਰੀ ਤੋਂ ਸਾਰੀ ਚੌਪਟ ਹੋ ਗਈ ਖੇਤੀ। ਇਹ ਦੇਖ ਲੈਣਾ ਬਈ, ਜੋ ਵੀ ਕਿਸਾਨ ਭਾਈ ਇਸ ਵੀਡੀਓ ਨੇ ਦੇਖਿਆ, ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰਨਾ, ਕਮੈਂਟ ਕਰਨਾ, ਅੱਗੇ ਭੇਜ ਦੇਣਾ ਗਰੁੱਪਾਂ ਮੈਂ, ਕੋਈ ਕਿਸਾਨ ਭਾਈ ਹੋਰ ਨਾ ਲੁੱਟਿਆ ਜਾਵੇ, ਮੈਂ ਤਾਂ ਲੁੱਟ ਗਿਆ।